ਉਹਨਾਂ ਲੀਡਰਾਂ ਨੇ ਛੋਟੇ ਛੋਟੇ ਆਪਦੇ ਕਾਲਜਾਂ ਵਾਸਤੇ ਚਾਪਲੂਸੀ ਕਰਦਿਆਂ ਚੌਲ ਚੱਕ ਮਹਿਕਮੇ ਨੇ ਸਾਰਾ ਬੇੜਾ ਕਰ ਟਕਾ ਕਰਤਾ ਸਾਡਾ 47 ਵੇਲੇ ਤੇ ਜਦੋਂ ਆਹ ਸੰਤਮਾਨ ਪੁਰਖਾਂ ਨੇ ਮੋਲ ਚੱਲ ਆਇਆ ਉਦੋਂ ਪੱਲੇ ਵੀ ਹੁਣ ਆਪੀ ਏ ਟੀਮ ਦਾ ਬੰਦ ਟੈਪ ਕੀਤਾ ਜਿਹੜਾ ਬੰਦ ਟੈਪ ਕੀਤਾ ਕਿਹਨੇ ਟੈਪ ਕਰਦੇ ਕੀਤਾ ਅਸੀਂ ਕਰਵਾਏ ਹੈ ਤਾਂ ਕੀਤਾ ਕੋ ਕਰ ਸਕਦੇ ਕਿਸੇ ਨੇ ਕਰ ਦਿੱਤਾ ਹੈ ਜਿਹਨੂੰ ਭਾਜਪਾ ਨੇ ਘੁੜਬੜ 35 ਸਾਲ ਤੋਂ ਜਪੀਆਂ ਪਾਈਆਂ ਖੂਨ ਦਾ ਨੌਂ ਮਾਸਤਾ ਸਾਡੇ ਕੋਈ ਰਿਸ਼ਤਾ ਹੈ ਕਿ ਉਹਨਾਂ ਨੇ ਕਿਤਾਬਾਂ ਲਿਖੀਆਂ ਲਵਾਨੀ ਵਰਗਾ ਵੀ ਅਸੀਂ ਕਰਵਾਇਆ ਇੰਨਾ ਮੈਂ ਤਾਂ ਕਰਦੀ ਨਹੀਂ ਸੀ ਇਹ ਅਸੀਂ ਕਰਵਾਇਆ ਤਾਂ ਲੱਡੂ ਉਹਨਾਂ ਨੇ ਮੰਡੇ ਧਰਵਾ ਦਿੱਤਾ ਜਾ ਕੇ ਇੰਦਰਾ ਹੈ ਤੇ ਸਾਡਾ ਭਾਈਚਾਰਾ ਕਰਦੇ ਇੱਕ ਮੈਂ ਸੁਣ ਰਿਹਾ ਸੀ ਪਤਾ ਨਹੀਂ 52 ਵਾਰੀ ਵੀ ਕਾਇਆ 52 ਵਾਰੀ ਤੇ ਕੀ ਆਖਿਆ ਵੀ ਸਾਨੂੰ ਜਨਰਲ ਨੂੰ ਫੜਵਾ ਨੂੰ ਮਾਰ ਦਿਓ ਕਿ ਤੁਸੀਂ ਫੌਜ ਲੈ ਕੇ ਆਏ ਬਹੁਤ ਮਰੀਆਂ ਕਰਨੇ ਹੋ ਜਾਣਾ ਹੈ ਇੱਧਰ ਉਹ ਫਲਾਣ ਬੜਾ ਕੁਝ ਦੱਸਿਆ ਪਰ ਉਹਦਾ ਲਿਖਣਾ ਉਹਨਾਂ ਨੇ ਲਿਖਿਆ ਨਾ ਮੇਰੇ ਨਾਲ ਲਿਖਣਾ ਪਿਆ ਔਰ ਕਮਾਂਡਰ ਨੂੰ ਜਨਰਲ ਨੂੰ ਕਿ ਇਹ ਇੰਨੇ ਬੰਦੇ ਜਿਹੜੇ 40 ਬੰਦੇ ਸਨ ਜਨਰਲ ਸੋਨਾਲ ਦੇ ਨਾਲ ਇੰਨੇ ਕੁ ਮੈਨੂੰ ਦੇ ਦਿਓ ਬਹੁਤ ਤੇ ਹਿੰਦੁਸਤਾਨ ਫੌਜ ਦੀ ਲੋੜ ਹੀ ਕੋਈ ਤੇ ਮੇਰੇ ਪਾਕਿਸਤਾਨ ਨੂੰ ਮੱਥਾ ਲਵਾ ਰਹੇ ਕਿ ਇੰਨੇ ਬੜੇ ਜਿਹੜੇ ਸੰਤਾ ਕੋਲ 40 ਕਿਤੇ ਇੰਨੇ ਕੁ ਮੈਨੂੰ ਦੇ ਦਿਓ ਫੌਜ ਨੂੰ ਕਲਾਵਾ ਦੇ ਦੇ ਗਏ ਇਹ ਜਨਰਲ ਨੂੰ ਕਹਿਣਾ ਪਿਆ ਔਰ ਬਹਾਦਰ ਗਤੀ ਦੇ ਜੋਰ ਉਠਾਏ ਤੇ ਅਟੈਕ ਕਰਨ ਵਾਲੇ ਵੀ ਆਪਣੇ ਕਰਾਉਣ ਵਾਲੇ ਵੀ ਆਪਣੇ ਜਿਹਨੂੰ ਰੋਈਏ ਜਿਹਨੂੰ ਅਸੀਂ ਐਸੀ ਕੌਮ ਦੇ ਚੱਕਰ ਬਣਾਇਆ ਹੋਇਆ ਕਿਸਮੀਆਂ ਲਿਖੀਆਂ ਹੋਈਆਂ ਕਿਸਮ ਲਿਖੀਆਂ ਹੋਈਆਂ ਦੱਸਦੇ ਤਾਂ ਮੁਖਾਮ ਵੀ ਜਾਂਦੇ ਨੇ ਕਿੱਥੀਆਂ ਲਿਖੀਆਂ ਸਾਇੰਸ ਤਾਂ ਜਦ ਇਲੈਕਸ਼ਨ ਆਉਂਦਾ ਉਹਦੇ ਨਾਲ ਜੋਧਪੁਰ ਵੀ ਕਿਤੇ ਆ ਜਾਂਦੇ ਆ ਸ਼ਹੀਦ ਵੀ ਕਿਤੇ ਆ ਜਾਂਦੇ ਬੰਦ ਕਰਦੇ ਪੈ ਜਾਂਦਾ ਜਦੋਂ ਉਹ ਕੁਰਸੀ ਦੇ ਬਹਿ ਜਾਂਦੇ ਆ ਪੰਥ ਜੋ ਪੰਥ ਦਾ ਨੁਕਸਾਨ ਆਪਣਿਆਂ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਹੈ ਆਹ ਹੁਣ ਮੈਂ ਕੱਲ੍ਹ ਦੇਖ ਰਿਹਾ ਸਭ ਤੁਸੀਂ ਸਾਰੇ ਵੇਖਿਆ ਹੋਵੇ ਬਾਬਾ ਜੀ ਵੇਖੇ ਦੇਖ ਰਹੇ ਦੇਖਿਆ ਹੋਵੇ ਹੁਣ ਅਜੀਤ ਅਖਬਾਰ ਹੈ ਸਰਦਾਰ ਬਲਜਿੰਦਰ ਸਿੰਘ ਜੀ ਹੁੰਦਾ ਤੋਂ ਫਿਰ ਕੀ ਕਰਨਾ ਹੈ ਚੱਲ ਉਹਨੇ ਸਮੇਂ ਤੋਂ ਪੰਥ ਦੀ ਸੇਵਾ ਪੰਜਾਬ ਪੰਜਾਬੀਅਤ ਦੀ ਸੇਵਾ ਕਰ ਰਿਹਾ ਅਖਬਾਰ ਕਿਸੇ ਨਾਲ ਧੱਕੇ ਖਾਈ ਬਹੁਤ ਮਾੜੀ ਗੱਲ ਨਹੀਂ ਹੋਣੀ ਚਾਹੀਦੀ ਪ੍ਰੈਸ ਦੀ ਆਜ਼ਾਦੀ ਹੋਣੀ ਚਾਹੀਦੀ ਇਸ ਦਾ ਦੇਸ਼ ਦੀ ਹੱਕ ਹੈ ਉਹਦੇ ਵਾਲੇ ਹੋਣੇ ਹੈ ਪਰ ਉਹ ਪ੍ਰੈਸ ਨੂੰ ਦਬਾਉਣ ਦਾ ਸਰਕਾਰ ਨੇ ਯਤਨ ਕੀਤਾ ਆਪ ਵਾਲਿਆਂ ਨੇ ਮਰਦੇ ਨਾ ਸੰਤੀ ਗੁਰਦੁਆਰੇ ਕਹਿੰਦੇ ਨਾ ਕਾਲ ਤਖਤ ਕਹਿੰਦਾ ਨਾ ਸਾਰੇ ਬਾਬਾ ਉਹਦੇ ਪਾਸੇ ਨਾ 1984 ਤੱਕ ਆਪ ਹੋਣ ਤੱਕ ਮਿਆਜਾ ਭੁਗਤਦੇ ਸਾਨੂੰ ਨਾ ਭੁਗਤਣਾ ਪੈਂਦਾ ਜੇ ਪ੍ਰੈਸ ਦੀ ਆਜ਼ਾਦੀ ਵਾਸਤੇ ਤੁਸੀਂ ਇੱਕ ਕਿਲੇ ਦੇ ਇੱਕ ਪੁਰਸ਼ ਦੇ ਬਹਿ ਕੇ ਜਪੀਆਂ ਪਾ ਸਕਦੇ ਜੇ ਤੁਹਾਡਾ ਉਦੋਂ ਤੋਂ ਬੇੜਾ ਕਰ ਗਿਆ ਉਦੋਂ ਤੋਂ ਤੁਸੀਂ ਕੱਠੇ ਸਾਰੀ ਕੌਮ ਮਰਵਾ ਕੇ ਰੱਖ ਕੇ ਅੱਜ ਵੀ ਮਰਵਾਈ ਕਰਦੇ ਹੋ ਇਹਨਾਂ ਸਿਆਸਤਦਾਨਾਂ ਦੀ ਮਿਹਰਬਾਨੀ ਦਾ ਸਦਕਾ ਹੈ ਫਿਰ ਮੈਂ ਤਾਂ ਇੰਨੀ ਖੁਸ਼ੀ ਹੈ ਇੰਦਰਜੀਤ ਸਿੰਘ ਡਾਕਟਰ ਸਾਹਿਬ ਨੇ ਅਸਤੀਫਾ ਦੇ ਦਿੱਤਾ ਰੋਸ ਵਜੋਂ ਪ੍ਰੈਸ ਦੀ ਆਜ਼ਾਦੀ ਨਾਲ ਧੱਕਾ ਹੋ ਰਿਹਾ ਹੈ ਪਰ ਜਦੋਂ ਭਾਰਤੀ ਸਰਕਾਰ 2015 'ਚ ਕਿੰਨਾ ਮੁਗਲਾਂ ਸਾਧੀ ਦੇ ਰਹੀ ਹੋਈ ਕੋਈ ਸ਼੍ਰੋਮਣੀ ਕਮੇਟੀ ਦਾ ਤਾਂ ਤੁਹਾਡੀ ਅਕਾਲੀ ਸਰਕਾਰ ਦੇ ਬੰਦੇ ਨੇ ਕੋਈ ਰੋਸ ਕੋਈ ਅਸਤੀਫਾ ਕੋਈ ਕਹੀ ਜਾ ਕੋਈ ਬਈ ਅੱਗੇ ਆਇਆ ਕੋਈ ਲੀਡਰ ਉਹ ਅੱਗੇ ਵੀ ਡਾਕਟਰ ਨਿਕਲ ਕੇ ਵੀ ਚੰਗਾ ਨਹੀਂ ਲੈ ਕੇ ਰੋਸ ਵਜੋਂ ਅਸਤੀਫਾ ਦਿੱਤਾ ਤੁਹਾਡੇ ਭਾਈਕਾਰ ਤੋਂ ਕੋਈ ਨਾ ਮਰਨ ਜੋਗਾ ਵੀ ਮੈਂ ਗੁਰਗਰਾਮ ਸਾਹਿਬ ਦਾ ਅਪਮਾਨ ਰੋਜ਼ ਹੁੰਦਾ ਸੰਸਕਾਰ ਦੇ ਕੋਲ ਜਾ ਕੇ ਮਿੰਨਤਾਂ ਕਰਦੇ ਲੰਬੇ ਲੱਗਦੇ ਇਸ਼ਤਿਹਾਰ ਦੇਤੇ ਉਹਨਾਂ ਨੂੰ ਕਿ ਅਸੀਂ ਕੋਈ ਗੱਲ ਕਰੀਏ ਕੋਈ ਕਰਦਾ ਕੋਈ ਸੁਣਿਆ ਕਿ ਸਰ ਕੋਈ ਪੱਖੇ ਦੀ ਜੋ ਹੋਣ ਦਾ ਰੋਜ਼ ਗਰਮੀ ਆਉਂਦੀ ਜੇ ਪੁੱਛਣ ਜਾਂਦੇ ਤਾਂ ਅਸੀਂ ਸਟਰੋਂਗ ਮੰਗ ਕਰ ਕਿਹਾ ਪੁੱਛਣ ਜਾਂਦਾ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਲੋਕ ਕਿਸ ਕਹਿ ਰਹੇ ਦੱਸ ਜੇ ਪੂਨਮ ਡਾਂਗਾ ਦਾ ਪੜਦੇ ਰੋਂਦੀ ਅਸੀਂ ਪੁਲਿਸ ਨੂੰ ਜੀ ਸਰਕਾਰ ਬੜਾ ਧੱਕਾ ਕਰ ਲਈ ਤੁਸੀਂ ਗੱਲ ਕਰਦੇ ਜੇ ਸੱਚ ਪਾਉਂਦੇ ਨੇ ਇਸੇ ਕਰਕੇ ਮੈਂ ਲੋਕਾਂ ਨੂੰ ਬਣਦੇ ਹੀ ਨਹੀਂ ਤੇ ਨਾ ਮੈਂ ਕਦੇ ਇਹਨਾਂ ਲੋਕਾਂ ਦਾ ਬਣਾ ਕੇ ਰੱਖਣਾ ਚਾਹੁੰਦਾ ਹੈ ਔਰ ਗੁਰੂ ਕਿਰਪਾ ਕਰੇ ਕੌਮ ਦੀ ਕਿਤੇ ਡਿਗਰੀ ਹੋਈ ਸੌਰ ਜਾਵੇ ਸਾਡੇ ਨਾਲ ਨੂੰ ਲੋਕਾਂ ਨੂੰ ਕਿਤੇ ਪਕੜ ਆ ਜਾਵੇ ਇੱਕ ਗੱਲ ਮੈਂ ਹੋਰ ਕਰਕੇ ਤੁਹਾਡੇ ਬੁਲਾ ਲੈਣੀ ਮੇਰੀਆਂ ਗੱਲਾਂ ਬਾਰੇ ਚੰਗੀਆਂ ਲੱਗਣ ਤੇ ਨਾ ਲੱਗਣ ਕਿਸੇ ਵੀ ਕਿਸੇ ਦੀ ਸੋਹਣੀ ਟੌਲਾਂ ਨੂੰ ਕਿਆ ਕਰਨੀ ਹੈ ਉਹ ਸੀਗੇ ਜੇ ਤਰ ਕੋਈ ਅਵਸਰ ਆਵੇ ਪਰ ਕੋਈ ਅਵਸਰ ਆਵੇ ਬੜੀਆਂ ਲੰਬੀਆਂ ਚੌੜੀਆਂ ਗੱਲਾਂ ਬਾਤ ਆਉਣੀਆਂ ਦੱਸੋ ਜੀ ਪੰਜਾਬ ਦਾ ਕੀ ਹੋ ਜੀ ਕਿਵੇਂ ਹੋ ਕਿਵੇਂ ਸੁਧਰੂ ਕਿਵੇਂ ਭਲਾ ਹੋ ਮੈਂ ਕਿਹਾ ਵੀ ਤਿੰਨ ਚੀਜ਼ਾਂ ਨੇ ਮੈਨੂੰ ਮਾਫ਼ ਕਰਿਓ ਭਾਵੇਂ ਆਪਾਂ ਵੀ ਸਾਰੇ ਬੇਟੇ ਨੂੰ ਮਾਫ਼ ਕਰਿਆ ਕਿ ਮੈਂ ਜੋ ਰੁਕਿਆ ਮੈਂ ਤੁਹਾਨੂੰ ਦੱਸਦਾ ਗੁਰੂ ਦੇ ਜੋਰੀ ਹੈ ਮੈਂ ਕਿਹਾ ਪਹਿਲਾਂ ਤਾਂ ਜਿਹੜਾ ਤੁਹਾਡਾ ਪੁਲਿਸ ਵਾਲਾ ਮਹਿਕਮਾ ਜਿਹੜਾ ਜੇ ਇਹਨਾਂ ਨੂੰ ਸੋਇਆ ਉਹਨਾਂ ਚਿਰ ਕਦੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਤੇ ਇੱਕ ਗੱਲ ਯਾਦ ਰੱਖਿਓ ਕੋਈ ਪੰਜਾਬ ਸਾਲਾਂ ਅਫਸਰ ਹੋਣੇ ਪੰਜਾਬ ਦਾ ਅਨੁਭਵ ਟੈਗ ਹੋ ਗਿਆ
ਉਹਦੇ ਜਿਹੜੇ ਜਵਾਨ ਸਾਰੇ ਆਪਣੇ ਬਾਹਰ ਚਲੇ ਗਏ ਤੇ ਪਈਆਂ ਨੇ ਆਪਣੇ ਛੇਤਰ ਫਿਰ ਕਰੇ ਪੂਰੀ ਮੈਨੂੰ ਵਾਹ ਰਿਹਾ ਜੀ ਜਿਹੜਾ ਸਾਡਾ ਗੰਦਾ ਮਹਿਮਾਨਾ ਏਡਾ ਕੋਈ ਨਹੀਂ ਇਹ ਅਸਲੀਅਤ ਹੈ ਗੁਰੂ ਦੇ ਹਜ਼ੂਰ ਚ ਮੈਂ ਸਾਡਾ ਨੂੰ ਦੀਨ ਕਰ ਜਿੱਥੇ ਮਰਜ਼ੀ ਕੰਮ ਕਰਾਉ ਜਿੱਥੇ ਮਰਜ਼ੀ ਕੰਮ ਲੈ ਅਸੀਂ ਗੁਰੂ ਇਹ ਵੀ ਵੇਖਣਾ ਵੀ ਸ਼ੋਭ ਨੇ ਫਿਰ ਕੀ ਕਰਦੀ ਹੈ ਦੂਜਾ ਕੀ ਕਰਦਾ ਅਸੀਂ ਉੱਥੇ ਪਹੁੰਚ ਹੀ ਜਾਣਾ ਉੱਥੇ ਜਗਾਲੇ ਸਾਡੀ ਤੇਰੇ ਦੋ ਚਾਰ ਹੈ ਜੇ ਅਸੀਂ ਸੰਤੀ ਦਾ ਅੰਬਾ ਤੋਂ ਪੁੱਜੇ ਕਿੰਨੀ ਅਸੀਂ ਚੱਡੇ ਬਣੀਆਂ ਜੇ ਉੱਥੇ ਦਿਲ ਪੌਦੇ ਜਾਂ ਗ੍ਰਸਤਾ ਲੋਕ ਕੇ ਬਹਿ ਗਏ ਚੰਡੀਗੜ੍ਹ ਜਿਹੜੇ ਬੱਚੇ ਨੂੰ ਸਾਡੇ ਸਾਰੇ ਮੋਰ ਚਾਰ ਕਰ ਤੇ ਬਣੀਏ ਚਾਰ ਪੰਜ ਸੌ ਘੋੜਾ ਦੇ ਸਾਰੇ ਹੋਈਏ ਇਕੱਠੇ ਹੋ ਗਏ ਲੈ ਸਵੇਰੇ ਹੋ ਗਏ ਭਗਵਾਨ ਤੋਂ ਟੀਕਾ ਮਾਰਦੇ ਤੁਰੇ ਹੋਣ ਦੇ ਦੱਸ ਵਜੇ ਕੀ ਸਮਾਂ ਹੈ ਅਸੀਂ ਇਕੱਠੇ ਨਹੀਂ ਹੋਣਾ ਜਿੰਨਾ ਚਿਰ ਅਸੀਂ ਇਕੱਠੇ ਨਾਲ ਆਪਣੀ ਗੱਡੀਆਂ ਸਾਡੀਆਂ ਕਰਦੀਆਂ ਲੋਕ ਸਾਨੂੰ ਮੱਥੇ ਟੇਕੀਆਂ ਤੇ ਮੌਜਾਂ ਬਣੀਆਂ ਅਸੀਂ ਪੰਜ ਸੌ ਲੈ ਆਏ ਗੁਰੂ ਗ੍ਰੰਥ ਸਾਹਿਬ ਸਾੜ ਕਰਕੇ ਗੁਰੂ ਜੀ ਨਾਮ ਕਰਕੇ ਨਵੇਂ ਕਮੇਟੀ ਨੇ ਪ੍ਰੈਸ ਲਾਈ ਹੈ ਨਵੇਂ ਛਾਪ ਕੇ ਤਿਆਰ ਹੋ ਜਾਣਗੇ ਕੋਈ ਉਹਦੇ ਲੜੋਂ ਕੰਮ ਟੈਂਸ਼ਨ ਹੀ ਹੈ ਸਾਡਾ ਪੰਜ ਖਲੋਤਾ ਜੇ ਗੁਰੂ ਕਿਰਪਾ ਕਰੇ ਕੌਮ ਕਿਤੇ ਵੀ ਹੋਏ ਸੌ ਕਿਆ ਅਸੀਂ ਜਿਹੜੇ ਇਕੱਠੇ ਹੋ ਸਕੀਏ ਲਾਮ ਬਾਤ ਹੋ ਸਕੀਏ ਇਹ ਗੁਰੂ ਚਰਨਾਂ ਦੇ ਪ੍ਰਵਾਸ ਹੈ ਅੱਜ ਉਹਨਾਂ ਸ਼ਹੀਦੀ ਦਾ ਵੀ ਯਾਦ ਕਰਨ ਵਾਸਤੇ ਜੂਨ 1904 ਦੇਸ਼ ਦੇ ਕੀ ਹੈ ਦਿੱਲੀ ਸੰਗ ਦੇ ਮਹਾਨ ਯੋਧੇ ਸਾਧੂ ਬਾਬਾ ਜਰਨੈਲ ਸਿੰਘ ਜਨਰਲ ਸੁਰੇਸ਼ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਸਾਰਾ ਸਿੰਘ ਬੇਅੰਤ ਮਦਰ ਜੀ ਹੋਏ ਹਰ ਸੰਤ ਦੇ ਚਾਰ ਸੰਤ ਦੀਆਂ ਉਹਨਾਂ ਸ਼ਹੀਦਾਂ ਵੀ ਯਾਦ ਕਰ ਰਹੇ ਹਾਂ ਤੇ ਸ਼ਹੀਦਾਂ ਦੇ ਧਰਮੀ ਪਿਤਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਯਾਦ ਕਰ ਰਹੇ ਹਾਂ